ਜਿਹੜੇ ਮਰਹੂਮ ਹੀ ਜਹਾਨ ਦੁਨੀਆ ਤੋਂ ਟੁਰ ਗਏ ਹਨ, ਖਸੂਸਨ ਮਲਕ ਸਾਹਿਬਾਨ, ਉਹਨਾਂ ਦੇ ਹੱਕ 'ਚ ਫਾਤਿਹਾ ਚਾਹ ਪੜ੍ਹੋ। ਬਿਸਮਿਲ੍ਲਾ ਅਰਰਹਿਮਾਨ ਅਰਰਹੀਮ ਮਾਲਕ ਮਾਲਕ ਫੋੜੀ ਵਿਛਾਈ ਮਨਜ਼ੂਰ ਫਰਮਾਵੇ। ਸਦਕਾ ਮੁਹੰਮਦ ਆਲ ਮੁਹੰਮਦ ਦਾ ਜਿਹੜੇ ਬਜ਼ੁਰਗ ਹੀ ਫੋੜੀ ਦੀ ਬਿਨਾਂ ਰੱਖ ਕੇ ਟੁਰ ਗਏ, ਅੱਲਾ ਉਹਨਾਂ ਕੋ ਕਰਵਟ ਕਰਵਟ ਜੰਨਤ ਨਸੀਬ ਫਰਮਾਵੇ। ਮਰਨਾ ਤੁਸਾਂ ਵੀ ਇਹ, ਅਸਾਂ ਵੀ ਇਹ, ਅਸਾਂ ਵੀ ਤਿਆਰ ਹੈ। ਆਮੀਨ ਜ਼ਰੂਰ ਰਾਖੀ ਕਰੋ। ਕੁੱਲੋ ਨਫਸਿਨ ਜ਼ਾਇਕਾਤੁਲ ਮੌਤ। ਬੜੇ ਬੜੇ ਸ਼ਹਿਜ਼ਾਦੇ ਟੁਰ ਗਏ ਹਨ, ਬੜੇ ਬੜੇ ਰੌਬਸਾਰ ਟੁਰ ਗਏ ਹਨ, ਬੜੇ ਬੜੇ ਨਾਜ਼ਨੀਨ ਲੋਕ ਟੁਰ ਗਏ ਹਨ, ਅਸਾਂ ਵੀ ਟੁਰ ਵੱਜਣਾ ਹੈ। ਅੱਲਾ ਮਲਕ ਸਾਹਿਬਾਨ ਦੀ ਫੋੜੀ ਵਿਛਾਈ ਮਨਜ਼ੂਰ ਫਰਮਾਵੇ। ਅੱਲਾ ਇਹਨਾਂ ਦੇ ਰਿਜ਼ਕ 'ਚ ਇਜ਼ਾਫਾ ਫਰਮਾਵੇ। ਅੱਲਾ ਇਹਨਾਂ ਦੇ ਬੱਚਿਆਂ ਦੀ ਉਮਰ ਦਰਾਜ਼ ਫਰਮਾਵੇ। ਅੱਲਾ ਮੁਹੰਮਦ ਵਾਲ ਮੁਹੰਮਦ ਦੀ ਅਜ਼ਮਤ ਸਦਕਾ ਅਗਰ ਕੋਈ ਬਿਮਾਰ ਨੇ ਤਾਂ ਇਹਨਾਂ ਕੋਈ ਸ਼ਿਫਾ ਕੁਲੀ ਕਾਮਲਾ ਅਤਾ ਫਰਮਾਵੇ। ਜੋ ਬੇ ਔਲਾਦ ਨੇ ਅੱਲਾ ਉਹਨਾਂ ਕੋ ਨਰੀਨਾ ਔਲਾਦ ਅਤਾ ਫਰਮਾਵੇ। ਜਿਹੜੇ ਬੰਦੇ ਬਾਹਰੋਂ ਗੇਟ ਦੇ ਖੜਨ ਜਾਂ ਪਿੱਛਾ ਹਟ ਵਜਣ ਜਾਂ ਮਜਲਿਸ ਵਿੱਚ ਆ ਵਜੋ, ਪਾਬੰਦੀ ਤਾਂ ਤੁਹਾਡੇ ਵਾਸਤੇ ਕਰਨੀ, ਪਿੱਛਾ ਹਟ ਵਜੋ ਤਾਂ ਬਿਹਤਰ ਹੈ। ਨਹੀਂ ਉਹਨਾਂ ਵਾਸਤੇ ਪਾਬੰਦੀ ਹੈ ਨਾ, ਉਹਨਾਂ ਵਾਸਤੇ ਕਿਹੜੀ ਪਾਬੰਦੀ ਹੈ? ਨਾਮਵਰ। ਹੁਣ ਸਮਝ ਆਈ? ਹਾਂ, ਮਗਰ ਜ਼ਿਕਰ ਇਹ ਹੁਸੈਨ ਨਾਮ ਵਰਦਾ ਮੁਹਤਾਜ ਨਹੀਂ। ਤੁਸੀਂ ਜਿਹੜੇ ਸਾਰੇ ਮੇਰੇ ਸਾਹਮਣੇ ਬੈਠੇ ਹੋ ਨਾ, ਸਾਰੇ ਸੁੱਚੇ ਬੈਠੇ ਹੋ। ਅਗਰ ਕਸਰਤ ਦੀ ਜ਼ਰੂਰਤ ਹੋਵੇ ਆ ਤਾਂ ਡਾਵੀਂ ਦੀ ਰਾਤ ਇਮਾਮ ਹੁਸੈਨ ਨਾ ਫਰਮਾਵੇ, ਅੱਬਾਸ ਦੀਵਾ ਬੁਝਾ ਦੇ। ਸਰਕਾਰ ਕੋ ਸੁੱਚਾਂ ਦੀ ਜ਼ਰੂਰਤ ਹੈ। ਜਿਹੜੇ ਹਿੱਕ ਗਿਣ ਕੇ ਆਏ ਹਨ ਉਹ ਵਲਾ ਉੱਠੇ ਨਹੀਂ। ਸ਼ਬੀਰ ਆਧਾ ਰਹੇ ਟੁਰ ਵਜੋ। ਉਹਨਾਂ ਆਖਣ ਨਾ ਮੇਰਾ ਮੌਲਾ ਹਿੱਕ ਗਿਣ ਕੇ ਆਏ ਹੈ। ਜਿਹੜੇ ਬੰਦੇ ਨਾਮ ਵਰ ਕੋ ਸੁਣਦੇ, ਨਾਮ ਇਨਸਾ ਕੋਈ ਜ਼ਰੂਰਤ ਹੈ? ਹਾਂ, ਨਾਮ ਵਰ ਕੋ ਜ਼ਰੂਰਤ ਜ਼ਰੂਰ ਹੁੰਦੀ ਹੈ ਚਾਰ ਬੰਦਾਂ ਦੀ। ਸਾ ਕੋ ਜ਼ਰੂਰਤ ਹੈ ਆਲ ਮੁਹੰਮਦ ਦੀ ਰਜ਼ਾ ਦੀ। ਅਗਰ ਉਹ ਖੁਸ਼ ਥੀ ਪਏ ਨਾ, ਸਾਡੇ ਵਾਸਤੇ ਸਭ ਕੁਛ ਹੈ। ਜ਼ਰੀਆ ਨਿਜਾਤ ਹੈ ਸਾਡਾ। ਬੰਦੇ ਜ਼ਿਆਦੇ ਹੋਵਣ ਤਾਂ ਉਹਨਾਂ ਜੰਨਤ ਦੀ ਟਿਕਟ ਨਹੀਂ ਦੇਵਣੀ। ਬੰਦੇ ਥੋੜ੍ਹੇ ਹੋਵੇ ਤਾਂ ਸਾਈਂ ਨਾਰਾਜ਼ ਨਹੀਂ ਥੀ ਵੈਂਦੇ, ਬਲਕਿ ਸਾਈਂ ਖੁਸ਼ ਥੀ। ਨਾਲੇ ਜ਼ਾਕਿਰ ਦਾ ਇਮਤਿਹਾਨ ਆਉਂਦਾ ਵੇ ਕਿਹੜਾ ਦੇਖਾਂ, ਘਬਰਾਉਂਦਾ ਤਾਂ ਨਹੀਂ ਥੋੜ੍ਹੇ ਬੰਦਾਂ ਦੇ ਵਿੱਚ? ਬਈ ਥੋੜ੍ਹੇ ਹੋਵੇ ਨਹੀਂ ਇਬਾਦਤ ਹੈ, ਜ਼ਿਆਦਾ ਹੋਵੇ ਨਾ ਵੀ ਇਬਾਦਤ ਹੈ। ਮੇਰੀ ਇਹ ਇਬਾਦਤ, ਮੈਂ ਇਬਾਦਤ ਆਪਣੀ ਮੁਕੰਮਲ ਕਰਨੀ ਹੈ। ਇੱਕ ਸਲਵਾਤ ਚਾ ਪੜ੍ਹੋ। ਜਿਹੜੇ ਸਲਵਾਤ ਕੋ ਜ਼ਰੀਆ ਨਿਜਾਤ ਸਮਝਦੇ ਉਹ ਹੈ ਸਲਵਾਤ ਪੜ੍ਹੋ। ਅੱਲਾਹੁਮਾ ਸੱਲ ਮੈਂ ਕਿਬਲਾ ਨਦਰ ਹੁਸੈਨ ਝੰਡੀਰ ਫਿਰਦੌਸੀ ਪਾਕਿਸਤਾਨ ਦੇ ਕਲਾਮ ਤੋਂ ਮਜਲਿਸ ਦਾ ਆਗਾਜ਼ ਹਮੇਸ਼ਾ ਕਰਦਾ, ਕੋਈ ਨਾ ਕੋਈ ਕਲਾਮ ਉਹਨਾਂ ਦਾ ਪੜ੍ਹਦਾ। ਉਹ ਫਰਮੈਂਦੇ ਨੇ, ਹੈ ਗਜ਼ਾ ਨਾਨੇ ਜਮੀ ਜੈਂਦੀ ਸਖਾਵਤ ਹਲਤਾ। ਸਾਰੇ ਕਦਰਦਾਨ ਬੈਠੇ ਹੋ, ਅੱਲਾ ਤੁਹਾ ਕੋਈ ਦਾ ਨੇਮਲ ਬਦਲ ਨਸੀਬ ਫਰਮਾ, ਅੱਲਾ ਉਹ ਕੋ ਵੀ ਜੰਨਤ ਨਸੀਬ ਫਰਮਾਵੇ। ਹੈ ਗਜ਼ਾ ਨਾਨੇ ਜਮੀ ਜੈਂਦੀ ਸਖਾਵਤ ਹਲਤਾ, ਹੈ ਜੈਂਦਾ ਬਿਸਤਰ ਮਰਜ਼ਾ ਤਿੱਲਾ, ਹੈ ਤਹਾਰਤ ਇਨਮਾ, ਕਸ਼ਤੀ ਅਰਜ਼ੋ ਮਸਮਾਦਾ, ਹੈ ਨੇਕ ਨੀਅਤ ਨਾ ਖੁਦਾ, ਕੰਮ ਜੈਂਦਾ ਮੁਸ਼ਕਲ ਕੁਸ਼ਾ ਹੀ ਨਾ ਜੈਂਦਾ ਮੁਸ਼ਕਲ ਕੁਸ਼ਾ। ਸਲਾਮ ਬਾਬਾ, ਅੱਲਾ ਇਸਤਾ ਅਤਾ ਕਰੇ ਸਖੀ ਹੁਸੈਨ ਦਸਲ ਜੀ ਲੱਖ ਦਾ ਭਾਗ ਖਾ।
ہائے غذا نانے جمی چیندی سخاوت حلتا. یہ ذاکر تے احسان تو نہیں ہونا, یہ تو تواری اپنی عاقبت کا ذریعہ نجات ہے نا, سامان ہے نا. ہے غذا نانے جمی جیندی سخاوت حلتا, جیندا بستر مرزات اللہ, ہے طہارت انما کشتی عرض و سمادا, ہے نیک نیت نا خدا, کم جیندا مشکل کشاہی نا جیندا مشکل کشا. جیندے گھر دی خاک روبی فاطمہ زہرا کرے, نسوئے جے سردار دی تعریف کوئی کیا کرے. سلامت رہو آباد رہو. فرمیندن جیندہ سلیمان بھی سلیمان دی وڈائی تو بلند, سرے کیے سارے سمجھ دیو. جیندہ سلیمان بھی سلیمان دی وڈائی تو بلند, جہ بے زر کو ابو زر کر لیتا ہو بھاگوند. رف رف و جبریل دیاں سوچان دی راہ جیندہ سمند, جیڑے بندے دی خدائی بھی خدا کو ہے پسند. فرمینن مصطفیٰ جلسہ جائندہ, سلامت رہو مصطفیٰ جلسہ جائندہ, جائندی تنہائی بتو. مصطفیٰ جلسہ جائندہ, جائندی تنہائی بطور, مقتدی آدم تویسا مقتدہ بس ایک رسول. جیندے نخل زندگانی دے سمر حسن و حسین, تو سا پڑھاونے تو میں پڑھنا ہے نا. جیندے نخل زندگانی دے سمر حسن و حسین, جیندی جرت دے گواہ خندق احد بدرو ہنائن. جیندی جرت دے گواہ خندق بدرو ہنائن, شیر نر جنگان دا, شیر نر جنگان دا, مسجد و ممبر دا زائن. جیندی انگلی دا اشارہ ہے مدار مشرق آئین, جیڑا کھنڈ رے اس ریکی نا, جیڑا کھنڈ رے دو عالم دی حدا تے چھاونجے, جیڑا سمٹی تا فقط نکتے دے اندر آوجے. اللہ سلامت رکھے. جیڑا کھنڈرے دو عالم دی حداں تے چھاونجے, جیڑا سمٹی تا فقط نکتے دے اندر آوجے. جیندیاں دم دم کر کے صفتہ بنیا آدم صفی, جیندیاں دم دم کر کے صفتہ بنیا آدم صفی, جیندی جرت نجابت دا قصیدہ خان جی, جیندے گھر دی چکی پیمن کو فخر سمجھے وہی. دیکھو میرے پاسے تھک پیو تو میں ختم چاہ کرے نا فضائل دا جملہ چاہ کرے. جیندے گھر دی چکی پیمن کو فخر سمجھے وہی, جیندے دردی بانیاں تو ازن کھڑمک دے نبی, جیندے دردی بانیاں تو ازن کھڑمک دے نبی, داغ ہے ضربت جیندی دا, داغ ہے ضربت جیندی دا, شاہ پر جبریل تے ہاتھ رندائے اوندہ ہردم شارق اسرائیل تے, گھوٹو جائے موت کو ساری عمر سمجھے کوان. آخری فکرہ, گھوٹو جائے موت کو ساری عمر سمجھے کوان. تو انہیں مولا دائی فرمانے نا, مولا کائناتی فرمیندن موت میرے تے آوانجے یا میں موت تے آجا. گھوٹو جائے موت کو ساری عمر سمجھے کوان, موت دا دنیا شکار ہے, موت ہے ایدا شکار. ہے علی سلامت رہو. مولا اقلیم ممکن بندہ یزد و وقار, کندی مرزی دا محابہ, فایا کندہ سنگار,
شاہ مردان شیر یزدان قوت پروردگار، لا فتح الا علی لا سیف الا ذوالفقار۔ اللہ تو سلامت رکھے، بہت بڑا سونا استقبال کیتا نے جی۔ اچھا توجہ فرمائشو، سائیں دا فرمان ہے گھوٹو گھوٹو جائے موت کن ساری عمر سمجھے کن۔ سرے کی ہر بندہ سمجھ دے، جیڑا ہی نہیں بلیں دا جو میری توہین ہے او جانے تھے علی جانے۔ گھوٹو جائے موت کن ساری عمر سمجھے کن، موت دا دنیا شکار ہے موت ہے ایندہ شکار۔ مولا اقلیم ممکن بندہ یزد و وقار، کن دی مرضی دا محابہ فایا کون دا سنگار، شاہ مردان شیر یزدان قوت پروردگار، لا فتح الا علی لا سیف الا ذوالفقار۔ ایک صلوات سے ایک بزرگ مومن آکھے نعرہ حیدری آکھو چاہیے یا حیدری، انشاءاللہ میں ہن جڑا جملے فضائل دے عرض کرنے سارے دعا کرے سو۔ ستاوی رجب سرزمین مکہ، ام ہانی دا گھر۔ بچے آرام کرو، چاہ اللہ دکھائے، مولا تواری زندگی دراز فرماوے تے اللہ بانی دی پھوڑی بچھائی منظور فرماوے، اللہ تواری ٹورایا منظور فرماوے، سادہ پڑھیا منظور ہوئے، جویں سائیاں دنی عزاداریوں میں ہوئے۔ عرض پہ کردام ستاوی رجب مکہ دی سرزمین، ام ہانی دا گھر، خلقت کائنات دا سبب رسول، بستر استراحت آرام پذیر، توحید دا فرستادہ جبریل، چل ہی اللہ دا نور دا گھن کے براک لائے کے، کوثر سلسبیل دا پانی لائے کے، نبی دے پوان دعا کھڑو تھا۔ اللہ سلامت رکھے آباد، نبی دے پوان دعا کھڑو تھے۔ ہن نبوت اور توحید دی کال ملی ہوئی ہے، یعنی رسالت اندھی جات نال ہے کہ جبریل آدھے اندھے یاڑا رہے جگام نہیں ہے تے شخصیت یام نہیں، اے محبوب اے او محب اے۔ آباد رہو آباد رہو تھوڑا جیان، یا علی، اے محبوب اے او محب اے۔ محب تے محبوب دیاں راز و نیاز دیاں باطن، جگاواں تے کیویں جگاواں، اس انداز نال جگاواں اے ناراض نہ تھی وے تے اوہی خوش تھی وے۔ آباد رہو۔ پوانی والے پاسے جبریل ہے، کافوری رخسار نبی دیا تلیاں نال مس کیتے نے، جڑے لیندے بیٹھو اللہ تو کو اجر عظیم عطا فرماوے۔ نبی دے فضائل جڑا نہیں بولے نا برکست رسول ہے نا، جڑا نبی دے فضائل اچ نہیں بولے دا او علی دے فضائل اچ بول کے کرے سی۔ کافوری رخسار نبی دیا تلیاں نال مس کیتے، خوشبو ملکوتیت مشام نبوت تک پہنچی، تارے مولا دی اکھ کھلی تے فرمایا جبریل ہے۔ آباد رہو بسدے رہو یا علی، تاری میری زندگیوں میں جڑے آزاداری دی زینت بن دے ہو، تارا ایک ایک منٹ قیمتی ہے، خوشامت نہیں۔ فضائل دے چھ بولے دے ہو، امام زمانہ دیکھ رہی ہے، مسائب دے چھ رون دے ہو،
سیدہ نے کھائی. لہذا میں چند منٹ فضائل پڑھنا ہے, خوش تھی سو تام بھی پڑھنا ہے, دعا کرے سو تام بھی پڑھنا ہے. اگر نہ کرے سو فقیر لوگ آٹور ویسا, میں تو کو دعا کرنی ہے. اللہ تو سلامت رکھے. رخسار نبی دے تلیے نال مس کیتے, خوشبو ملکوتیت مشام نبوت تک پہنچی, سرکار دیا کھلی, فرمایا جبریل ہاں مولا کیویں آمن تھے, کافی عرصہ ہو گئے, آسمانی مخلوق تیرے دیدار تو بےتاب ہے, سلامت رہو, آباد رہو, وسدے رہو. آسمانی مخلوق تیرے دیدار تو بےتاب ہے, اج انہوں کی درخواست قبول تھی ہے. اللہ حکم دیتا ہے کہ پروگرام ہے, نبیوں کا سلطان فرمائے دے آہد سدے احمد نہ جاوے, بلا ہوئے جانتے سیا یا علی, آہد سدے احمد نہ جاوے. یہ پانی ہے, یہ چالی ہلا نور دے, یہ سواری واسطے براک, برک دی جمع ہے براک. یہ میرا پڑھے لکھے بیٹھو جتھ کثرت نال بجلیاں ہو براک ہے. آم دی بجلی ہے, یہ کو بندہ ہاتھ نہیں لا سکتا. نبیوں دے سلطان واسطے اتھوں دی بجلی نہیں اتھوں نہیں. سلطان الانبیاء ہوندے تے تھی انہیں سوال سمجھ نہیں آتی, مولوی کی نہیں آدھے, یہ ساری کار آدھا نہیں, ساری کار بشری. اللہ تک اونچا بھلاوے, تار ہوے شاٹ, تو اونچا ہاتھ لا تے لازے تو نہیں تھی ونجے اعلان جو آج نتھو ٹر گیا ہے. یہ براک سواری واسطے سرکار رسالت ماں سواری تے سوار تھا ہے. ایک بئی گل میرے یاد آ گئی ہے, ایک بندے سپیکراں دے اتے اعلان کر دے ملود آ دے حسن یوسف دم عیسیٰ ید بیضہ داری. میں عرض کرے سا اگر مصطفیٰ دی تعریف نہیں آدھی تا لا پیا کر, یوسف دے اتے ہک مصر دی عورت عاشق تھی. جڑے بندے سمجھدار بیٹھے ہو, یوسف دے اتے ہک مصر دی عورت عاشق تھی ہے. میرا سردار او ہے جدے اتے اللہ عاشق ہے, اے محبوب ہے او محب ہے. اون محب دی کیا بات ہے, اس محبوب دی کیا بات ہے جدہ عاشق خود اللہ. بس سواری ایک قافلہ رواں دواں پہلے آسمان تک گیا. میں تو آپ کو زیادہ تنگ تو نہیں پیا کروں, سمجھ آتی پی ہے نا میرے فکر آدھی. بوڑھے بندے یہ بھی گالی کرے جمانہ دے زور سینے دے ہوندے, ساری صرف زبان ہوندی. اللہ اکبر, یا رسول اللہ, یا علی. توجہ ہے سرکار, قافلہ رواں دواں ہے. یہ ذاکر ہے میرے بات پڑھنے سنیا اس ہے, یہ تو تعارف میں کراوا جی میلو نیڑے دیتے اون تو دیتے نا وہ ذکر سو. قافلہ رواں دواں ہے, پہلے آسمان تے پہنچے قافلہ. جبریل پکارے ملائکہ جد دیدار تو بےتاب ہاوے, او نبی آ گئے, او رسول آ گئے, او کائنات دا دار و مدار آ گئے. سارے ملائک دوڑے, قدم چمن, بوسے دتن, پھر ہٹ کے التجا کر کے آدن سرکار ہے کہ التجا ہے سرکار. فرمند آنکھوں کے آ دیو مولا آج اکیلے ہو جان دے دارا سیا, تسا دیدار دی وجہ تو لفظ نہیں سمجھیا. مولا آج اکیلے ہو, سرکار فرمند نہیں
ਜਿਬਰੀਲ ਲਾ ਲੈ ਬਰਾਤ ਤੇ ਸਵਾਰ ਆ। ਮੌਲਾ ਨਹੀਂ ਜਿਬਰੀਲ ਦਾ ਨਹੀਂ ਪੁੱਛਦੇ, ਅਸਾਂ ਅਸਲੀ ਸੰਗਤ ਦਾ ਪੁੱਛਦੇ ਹੈ। ਆਇਨਾ ਖੱਲੇ ਤਾ ਖਾਕਾ ਅਲੀ ਯਬਨਾ ਅਬੀ ਤਾਲਿਬ ਫਿਰਾ ਅਲੀ ਕੇ ਥੈ। ਜਿਤਨਾ ਟਾਈਮ ਮੈਨੂੰ ਹੁਕਮ ਹੈ ਮੈਂ ਉਹ ਹੀ ਪੜ੍ਹਨਾ, ਜ਼ਿਆਦਾ ਨਹੀਂ ਪੜ੍ਹਨਾ, ਹਾਲੇ ਮੇਰਾ ਟਾਈਮ ਰਾਤ। ਬਿਰਾ ਅਲੀ ਕਿੱਥੇ ਸਰਕਾਰ ਫਰਮਾਇਆ ਤੁਸੀਂ ਮੇਰੇ ਬਿਰਾ ਅਲੀ ਕੋ ਜਾਣਦੇ ਹੋ? ਤੇਰੀ ਨਬੂਵਤ ਦੀ ਕਸਮ ਹੈ, ਜੇ ਤੁਹਾਡੀ ਉਹਦੀ ਵਿਲਾਇਤ ਦਾ ਇਕਰਾਰ ਨਹੀਂ ਕੀਤਾ, ਅੱਲਾ ਨੂਰੀ ਤਾਜ ਨਹੀਂ ਅਤਾ ਕੀਤਾ। ਇਹ ਵਿਲਾਇਤ ਅਲੀ ਦਾ ਸਦਕਾ ਅੱਲਾਹ ਨੇ ਸਾਕੂ ਅੱਲਾਹ ਨੇ ਸਾਕੂ ਨੂਰੀ ਤਾਜ ਨਹੀਂ ਅਤਾ ਕੀਤਾ। ਸਰਕਾਰ ਏ ਰਿਸਾਲਤ ਮਾਪ ਇਹ ਕਾਫਲਾ ਟੁਰੇ ਚੌਥੇ ਆਸਮਾਨ ਤੇ ਬੈਤੁਲ ਮਾਮੂਰ, ਨਬੀਆਂ ਦਾ ਕਿਬਲਾ, ਮਲਾਇਕਾ ਦਾ ਕਿਬਲਾ, ਇੱਥੇ ਹੀ ਤੁਹਾਡੇ ਸਰਦਾਰ ਦੀ ਸਵਾਰੀ ਪਹੁੰਚੀਏ। ਜਿਲੇ ਸਵਾਰੀ ਪਹੁੰਚੀਏ ਮੈਂ ਬਚੜਾ ਆਪਣੇ ਟਾਈਮ ਦੇ ਅੰਦਰ ਪੜਸਾਂ। ਜਿਲੇ ਸਵਾਰੀ ਪਹੁੰਚੀਏ ਨਬੀ ਇਕੱਠੇ ਥੈਨ, ਜਿਬਰੀ ਲਾਜ਼ਾਨ ਆਖੀਏ, ਨਬੀ ਪਿੱਛੇ ਆ ਗਏ ਹਨ, ਰਸੂਲ ਦਾ ਹੱਥ ਨੱਪ ਕੇ ਜਨਾਬ ਜਿਬਰੀ ਲੱਗੇ ਖੜਾ ਹੈ, ਇਮਾਮ ਉਲ ਅੰਬਿਆ ਨੇ ਨਮਾਜ਼ ਪੜ੍ਹਾਈਏ, ਨਬੀਆਂ ਇਕਤਦਾਦ ਵਿੱਚ ਨਮਾਜ਼ ਪੜ੍ਹੀਏ, ਨਮਾਜ਼ ਪੜ੍ਹ ਕੇ ਅਤੇ ਊਹ ਵੇਲੇ ਆਰਡਰ ਥੈ, ਮੇਰਾ ਹਬੀਬ ਪੁੱਛ ਇਹਨਾਂ ਕੋਲੋਂ ਨਬੂਵਤ ਕਿਵੇਂ ਮਿਲੀ ਨੇ? ਆਬਾਦ ਰਹੋ, ਵਸਦੇ ਰਹੋ, ਸਦਾ ਆਬਾਦ ਰਹੋ। ਨਬੀਆਂ ਤੇ ਹੁਕਮ ਥੀ ਨਬੂਵਤ ਕਿਵੇਂ ਮਿਲੀ ਹੈ? ਹੁਣ ਅੱਲਾਹ ਦਾ ਆਰਡਰ ਹੈ, ਯਾਨੀ ਮੁਹਿਬ ਦਾ ਆਰਡਰ ਹੈ, ਮਹਬੂਬ ਸੁਣਦਾ ਬੈਠਾ, ਮੁਖਾਤਿਬ ਨਬੀਆਂ, ਉਹ ਮੈਂ ਕੋ ਦੱਸੋ ਨਬੂਵਤ ਕਿਵੇਂ ਮਿਲੀ ਨੇ? ਉਹਦਾ ਆਰਡਰ ਹੈ। ਸੁਮਾ ਇਕਰਾਰਮ ਬੇ ਤੌਹੀਦ, ਅੱਲਾਹ ਦੀ ਤੌਹੀਦ ਦਾ ਇਕਰਾਰ ਕੀਤਾ ਸੀ, ਨਬੂਵਤ ਮਿਲ ਗਈ। ਸੁਮਾ ਬੇ ਨਬੂਵਤ ਕਰ, ਤੇਰੀ ਨਬੂਵਤ ਦਾ ਇਕਰਾਰ ਕੀਤਾ ਸੀ, ਫਿਰ ਨਬੂਵਤ ਮਿਲ ਗਈ ਨਹੀਂ? ਨਬੀ ਆਦਮ ਸੁਮਾ ਬੇ ਵਿਲਾਇਤ ਕਾ ਅਲੀ ਯਬਨਾ ਅਬੀ ਤਾਲਿਬ, ਜੇ ਤੱਕ ਅਲੀ ਦੀ ਵਿਲਾਇਤ ਦਾ ਇਕਰਾਰ ਨਹੀਂ ਕੀਤਾ, ਉਹ ਤੁਹਾਡੀ ਨਬੂਵਤ ਨਹੀਂ ਮਿਲੀ। ਨਬੀਆਂ ਕੋ ਨਬੂਵਤ ਨਹੀਂ ਮਿਲਦੀ? ਅੱਲਾ ਜਿਹੜੇ ਤੂੰ ਕਹਿ ਬਾਗ ਦੇ ਬੋਲੀਏ, ਚਾਹੇ ਮੇਰਾ ਖਤਮ ਹੋਣ ਵਾਲਾ ਮਜ਼ਮੂਨ ਅੱਗੇ, ਬਸ ਮੈਂ ਇਤਨਾ ਅਰਜ਼ ਕਰੇਂਦਾ, ਅਮਰ ਦੇ ਪਾਬੰਦ ਪੱਖੀਆਂ ਕੋ ਪਈ ਵਾਂਗ ਜੋ ਕਰ ਬਲ ਉੱਠ। ਅੱਲਾ ਸਲਾਮਤ ਰੱਖੇ, ਆਬਾਦ ਰਹੋ। ਅਮਰ ਦੇ ਪਾਬੰਦ ਪੱਖੀਆਂ ਕੋ ਪਈ ਵਾਂਗ ਜੋ ਕਰ ਬਲ ਉੱਠੇ, ਸੱਟ ਦਾਮ ਰਜ਼ਾ ਵਿੱਚ ਪਿੰਜਰੇ ਦੇ ਉਹਦੇ ਮੂੰਹ ਚ ਵਤਨ ਦੇ ਕੁੱਠੇ, ਨਾ ਹੀ ਕੋਈ ਤਾਕਤ ਜਿਹੜੀ ਰੋਕ ਸੰਗੇ ਰੁਤ ਰੀਤ ਸੁਜਾਣ ਕੇ ਉੱਠੇ, ਉਹ ਪੱਖੀ ਰਹਿ ਜਿੰਦਾਂ ਵਿੱਚ ਗਏ ਜਿਹੜੇ ਵਧੇ ਹਨ ਦੇਸ਼ ਤੋਂ ਉੱਠੇ। ਸਲਾਮਤ ਰਹੋ, ਆਬਾਦ ਰਹੋ। ਮੌਸਮ ਬਦਲੀ ਥਈ ਸ਼ਾਮ ਸਹਾਰ, ਵੱਲੇ ਵਤਨਾਂ ਤੇ ਸਰਦਾਰ, ਡਿੱਠੀ ਹੀ ਇੱਕ ਤੁਰਬਤ ਤੇ ਗੁਰਬਤ ਵਸਦੀ, ਉੱਥ ਲਹਿ ਪਏ ਪਰਦਾ ਦਾਰੇ, ਲਾਇਆ ਕਬਰ ਕੋ ਗੱਲ ਸਬਦੀ, ਮਲਕਾ ਵੈਣ ਕਿਤੇ ਬਹੁ ਸਾਰੇ, ਆਦਿ ਬੈਠੇ ਉੱਚੀ ਦੇਖ ਸਕੀ ਨਾ, ਮੇਰੇ ਜ਼ੇਵਰ ਲਹਿ ਗਏ। ਹਾਏ ਹਾਏ ਹਾਏ, ਵਸਦਾ ਰਾਵੇਂ ਆਬਾਦ ਰਾਵੇਂ ਜੀ, ਮੈਂ ਲੱਖ ਦਫ ਲੱਖ ਦਫਾ ਆਬਾਦ ਰਹੋ, ਵਸਦੇ ਰਹੋ। ਮੌਸਮ ਬਦਲੀ ਥਈ ਸ਼ਾਮ ਸਹਰ, ਵੱਲੇ ਵਤਨਾ ਤੇ ਸਰਦਾਰ, ਡਿੱਠੀ ਹਿਕ ਤੁਰਬਤ ਤੇ ਗੁਰਬਤ ਵਸਦੀ, ਉੱਥ ਇਹ ਉਹ ਮਾਂ ਕੋਲ ਪੁੱਛ ਜਿਹੜੀ ਕਬਰ ਤੇ ਆਈ ਬੈਠੀ ਹੈ, ਡਿੱਠੀ ਹਿਕ ਤੁਰਬਤ ਤੇ ਗੁਰਬਤ ਵਸਦੀ, ਉੱਥ ਲੈ ਪਏ ਪਰਦਾ ਦਾਰੇ, ਲਾਇਆ ਕਬਰ ਕੋ ਗੱਲ ਸਮਤ ਦੀ ਮਲਕਾ, ਵੈਣ ਕਿਤੇ ਬਹੁ ਸਾਰੇ, ਆਦਿ ਬੈਠੇ ਉੱਠੀ ਦੇਖ ਸਕੀ ਨਾ, ਮੇਰੇ ਜ਼ੇਵਰ ਲਹਿ ਆਈ ਸ਼ਾਮ ਦੀ ਕੈਦ ਗੁਜ਼ਾਰੇ। ਇੱਕ ਹੋਰ ਬਾਂਦੀ ਪੜ੍ਹਾ, ਜਿਸ ਦਮ ਸ਼ਾਮ ਦੀ ਦਾਮ ਕਰੋ ਥਈ ਆਹਲਲ ਬੈਤ ਰਿਹਾ ਹੈ, ਟੋਰ ਕਚਾਵੇ ਰੋਂਦਾ ਆਵੇ, ਆਇਆ ਭੇਣ ਦੀ ਕਬਰ ਤੇ ਸ਼ਾਮ,
अगर उठी अल्लाह बेली भे हो भी अल्लाह बेली भेड़ अकेली पियावे तई वतन फिराए कहिन पैगाम तने में कूतन पुछड़या सोबरा दस्तूर न जमाने दी शरीफाओ जड़ा भेरा बार मुआमिन भेड़ी वास्ते कोई शाय घेन सज्जाद भी भेड़ वास्ते एक शाय घेन जे वे छत पैस हाथ पा के एक शाय कटीस भेड़ दी कबर ते रखीस रो रो के बैठा दे तेरे दूर में शिमेर तू घिर आया मेरे दर्दा दे गम सारे नित पुछ दे हावे बाकिर जीवी कंडा वैसे बतान बीमारे सैयदा दे जेड़े बच गए नी ओ आए बैठे नी हाय बैठे ने बतान तैयारे इन्ना कोई नहीं वलड़ा हाय कबर तेरी ते उठी मिल गिन छेकड़ी वारे कबर हलिए सैनी ते आवाज आ दे दूर क्यों रख दाए कबर मेरी ते मैं पावन नहीं तू चाइवन जे मिल गई चोला हाय असगर दा मेरी कबर दे विच दफनाई वन बीबी रो के आदे एक अर्ज करे निया बाकर जीवी या मिन्ना तमशीर ते लाई वन मता शिमेरी आवे हाय कबर मेरी ते इंदाया निशान मिटाइवन तखत ओ बिस्मिल्लाह।